वो कहना भी मैंने मुर्गा दे जी, उन्होंने कहा भी मैं मुर्गा मैं दे नहीं सकता क्योंकि मेरी मेहनत की कमाई है, मैंने पूरा करने पाई है। तो ये बोले मैं तेरी डांग फेर दा, मैं बोले मैं ना फेरी तेन, फिर बंदे की डांग तोड़ दी। मैंने उसका ये बोलिया मगर इस वीडियो का भी किसी का ट्रैक्टर खो लिया, किसी ने गरीब रेहड़ी वाले कुटता, किसी के घरे वड़ के उसे बुढ़िया धमकाता, रोज का काम। इस तरह के बंदे ने ये लगातार जिजे के इतने आए बैठे ने, सरकार ना रल के साजिशां कर रहे हैं। ਇਹੋ ਜਿਹੇ ਬੰਦੇ ਜਿਹੜੇ ਨਿਹੰਗ ਬਾਣੇ ਦੇ ਵਿੱਚ ਆ ਕੇ ਤੇ ਨਿਹੰਗਾਂ ਨੂੰ ਵੀ ਬਦਨਾਮ ਕਰ ਰਹੇ ਆ। ਅਸੀਂ ਸਾਰਿਆਂ ਦੀ ਮੌਜੂਦਗੀ ਲੱਖਾ ਬਾਈ ਖੜਾ, ਬਾਬਾ ਜੀ ਪੁਲਿਸ ਖੜੀ ਆ, ਅਸੀਂ ਆਪ ਇਹਨੂੰ ਫਿਰ ਉੱਥੇ ਡਾਂਗ ਫੇਰੀ ਆ ਚੰਗੀ ਤਰ੍ਹਾਂ, ਫਿਰ ਕਿਆ ਪੁਲਿਸ ਆਈ, ਅਸੀਂ ਉਹਨੂੰ ਦੇਣ ਲੱਗੇ, ਸਾਡਾ ਕੁਛ ਨਹੀਂ ਲੱਗਦਾ। ਇਹਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਪੁੱਛਤਾਛ ਪੂਰੀ ਹੋ ਜਾਣੀ ਚਾਹੀਦੀ, ਕਿੱਥੋਂ ਆਏ ਨੇ। ਹੁਣ ਅਸੀਂ ਅਮਨ ਨੂੰ ਫੜਾਂਗੇ, ਉਹਨੂੰ ਵੀ ਬਖਸ਼ਾਂਗੇ ਨਹੀਂ ਹੈਗਾ। ਵਿਸਾਖੀ ਵੇਲੇ ਅੰਮ੍ਰਿਤ ਛਕਿਆ, ਪਾਣਾ ਪਾਇਆ, ਨਵੀਨ ਕੌਰ ਦਾ ਨਵੀਨ ਨਾ ਨਵੀਨ ਕੁਮਾਰ, ਨਵੀਨ ਕੁਮਾਰ ਇਹਦਾ ਨਾਂ ਹੈ। ਤੇ ਇਹ ਕਿਹੜਾ ਪਿੰਡ ਆ? ਗਗਸੀਨਾ, ਗਗਸੀਨਾ ਕਰਨਾਲ ਦਾ ਰਹਿਣ ਵਾਲਾ। ਠੀਕ ਆ। ਹੁਣ ਇਹੋ ਜਿਹੇ ਬੰਦੇ ਜਿਹੜੇ ਨਿਹੰਗ ਬਾਣੇ ਦੇ ਵਿੱਚ ਆ ਕੇ ਤੇ ਨਿਹੰਗਾਂ ਨੂੰ ਵੀ ਬਦਨਾਮ ਕਰ ਰਹੇ ਆ। ਠੀਕ ਆ। ਤੇ ਨਾਲ ਜਿਹੜਾ ਇਹ ਹੁਣ ਇਹ ਪਤਾ ਕਰ ਕੀ ਰਿਹਾ ਸੀ ਕਰਤੂਤ, ਇਹਨੇ ਇੱਕ ਆਂਡਿਆਂ ਵਾਲਾ ਰੇਹੜੀ ਵਾਲਾ ਜਾ ਰਿਹਾ ਸੀ ਗਰੀਬ ਬੰਦਾ ਲੈ ਕੇ, ਉਹਦੇ ਡਾਂਗਾਂ ਮਾਰੀਆਂ ਮੁਰਗਿਆਂ ਵਾਲੇ ਦੀ। ਉਦੋਂ ਪਹਿਲਾਂ ਆਂਡੇ ਖੋਹਦਾ ਸੀ, ਮੁਰਗੇ ਖੋਹਦਾ ਸੀ, ਮੈਨੂੰ ਦੇਖ ਕੇ ਜਾ, ਉਹਨੇ ਜਵਾਬ ਗਰੀਬ ਬੰਦਾ ਕਿੱਥੋਂ ਦੇਊਗਾ। ਫਿਰ ਉਹਨੇ ਉਹ ਇਸ ਬੰਦੇ ਨੂੰ ਰੱਤ ਉੜੀ ਆ, ਹੋਰਾਂ ਦੇ ਡਾਂਗਾਂ ਮਾਰਦਾ। ਸੋ ਇਹ ਕਰਤੂਤ ਜਿਹੜੀ ਕਰ ਰਹੇ ਆ, ਅੱਜ ਵੀ ਇਹ ਬਾਬਾ ਜੀ ਨੇ ਕੋਸ਼ਿਸ਼ ਕੀਤੀ ਉਹਨੂੰ ਫੜਨ। ਦੇਖੋ ਭਾਨੀ ਜੀ, ਮੈਂ ਜਿਸ ਦਿਨ ਤੇ ਦਾਣਾ ਚਾਲੂ ਹੋਇਆ ਮੈਂ ਉਸ ਦਿਨ ਸੇ ਇੱਥੇ ਆਇਆ ਹੂੰ। ਮੈਨੇ 14 ਅਪ੍ਰੈਲ ਨੂੰ ਵਿਸਾਖੀ ਸੀ, ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ, ਮੇਰੇ ਕੇਸ ਇੰਨੇ ਇੰਨੇ ਤੇ। ਮੈਨੇ ਬਾਬਾ ਮਾਨ ਸਿੰਘ ਦੇ ਗੱਲ ਦੱਸੀ, ਮੈਂ ਬਾਬਾ ਜੀ ਮੇਰੇ ਕੇਸ ਤੋਂ ਇੰਨੇ ਇੰਨੇ ਆ, ਅੰਮ੍ਰਿਤ ਮੇਰੇ ਕੋਲ ਅੰਮ੍ਰਿਤ ਛਕਣਾ, ਦਲਬੰਦਗੀ ਸੇਵਾ ਕਰਨੀ ਆ। ਬਾਬਾ ਮਾਨ ਸਿੰਘ ਨੂੰ ਇਹ ਬੋਲਿਆ ਵੀ ਚਲੋ ਕੋਈ ਨਹੀਂ, ਤੇਰੇ ਕੋਲ ਦਲਬੰਦਗੀ ਸੇਵਾ ਕਰਨੀ ਆ, ਤੂੰ ਅੰਮ੍ਰਿਤ ਛਕ ਲੈ, ਕੇਸ ਤੇਰੇ ਆਸਤੇ ਆਸਤੇ ਵੱਧਦੇ ਜਾਊਂਗੇ। ਮੈਂ ਕੋਈ ਬਾਤ ਚੋ ਜਵਾਬ ਕਹਿੰਦੇ ਤਾਂ ਮੈਂ ਛਕ ਲੈਂਦਾ ਬਾਬੇ। ਕਿਹੜੇ ਦਲ ਦੇ ਵਿੱਚ ਸ਼ਾਮਿਲ ਹੋਏ ਤੁਸੀਂ? ਮੈਂ ਪੰਜ ਪਿਆਰੇ ਹਿੰਮਤ ਸਿੰਘ ਚਮਕੌਰ ਸਾਹਿਬ ਮੌਜੂਦਾ ਜਥੇਦਾਰ ਬਾਪੂ ਗੁਣ ਨਾਮ ਸਿੰਘ ਵਕਤ ਜਿੱਥੇ ਬਾਬਾ ਨਿਹੰਗ ਸਿੰਘ ਅਮਰ ਸਿੰਘ ਦਾ ਦਲ ਵਿੱਚ ਸ਼ਾਮਿਲ ਹੋਏ ਹੋ? ਬਾਬਾ ਅਮਨ ਦਾ ਦਲ ਬੰਦਾ ਪੰਜ ਪਿਆਰੇ ਹਿੰਮਤ ਸਿੰਘ ਚਮਕੌਰ ਸਾਹਿਬ ਤੋਂ ਜੀ। ਤੁਸੀਂ ਅਮਨ ਦੇ ਦਲ ਦੇ ਵਿੱਚ ਸ਼ਾਮਿਲ ਹੋਏ ਹੋ ਜਦੋਂ ਤੁਸੀਂ ਤੁਹਾਡੀ ਕਿਸੇ ਨਾਲ ਲੜਾਈ ਹੋਈ ਹੈ, ਤੁਸੀਂ ਅਮਨ ਨੂੰ ਦੱਸਿਆ ਜਾ ਕੇ? ਨਹੀਂ, ਮੈਨੇ ਅਮਨ ਨੂੰ ਕੋਈ ਨਹੀਂ ਦੱਸਿਆ। ਕਿਉਂ ਨਹੀਂ ਦੱਸਿਆ? ਉਸਕੋ ਮੈਨੇ ਇਹ ਗੱਲ, ਜਿੱਥੇ ਦੋ ਘੋੜੇ ਬੰਦੇ ਨਿਕਲਾ ਲਈ ਇੱਕ ਬੜਾ ਲਾ ਲਈ, ਉਹ ਉੱਥੇ ਬੀੜੀ ਪੀਂਦਾ ਸੀ। ਮੈਨੇ ਉਸਕੋ ਇਹ ਬੋਲਿਆ, ਮੈਂ ਕਿਹਾ ਵੀਰੇ ਇੱਥੇ ਬੀੜੀ, ਇੱਥੇ ਦਸ ਗਵਾਹ ਹੈ, ਉਹ ਕਹਿ ਰਿਹਾ ਕੋਈ ਬੀੜੀ ਨਹੀਂ ਸੀ ਪੀ ਰਿਹਾ। ਮੈਨੇ ਉਸਕੋ ਇਹ ਬੋਲਿਆ, ਮੈਂ ਕਿਹਾ ਵੀਰੇ ਇੱਥੇ ਬੀੜੀ ਦਾ ਵੀ ਕੀ ਕਰ ਰਿਹਾ ਸੀ? ਅਗਰ ਬਾਬੇ ਜੀ ਅਗਰ ਜਲਦੀ ਆ ਕੇ ਆ ਜਾਓ, ਕਿਉਂਕਿ ਮੇਰੀ ਮਿਹਨਤ ਦੀ ਕਮਾਈ ਹੈ, ਮੈਨੂੰ ਅੱਗੇ ਪੂਰਾ ਕਰਨੇ ਪਈ ਹੈ। ਤੇ ਇਹ ਬੋਲਿਆ ਮੈਂ ਤੇ ਡਾਂਗ ਫੇਰ ਦਾਂਗਾ, ਮੈਂ ਬੋਲਿਆ ਮੈਂ ਖੰਨਾ ਫੇਰੀ ਨੂੰ ਕੁਛ ਨੂੰ ਤੈਨੂੰ, ਫਿਰ ਬੰਦੇ ਦੀ ਡਾਂਗ ਤੋੜ ਦਿੱਤੀ। ਫਿਰ ਮੈਂ ਬੋਲਿਆ ਕਿਉਂ ਮਾਰ ਕੇ ਕਹਾਂ ਭਾਗ ਰਿਹਾ ਤੂੰ? ਮੈਂ ਬਾਬਾ ਨੀ ਲਿਆਉਂ ਬੁਲਾ ਕੇ, ਇਹ ਕਹਿੰਦਾ ਜਿਹਨੂੰ ਮਰਜ਼ੀ ਨੂੰ ਬੁਲਾ ਲਿਆ ਬਾਬਾ ਜੀ, ਮੈਨੂੰ ਉਸਕੋ ਇਹ ਬੋਲਿਆ, ਮੈਂ ਕਿਹਾ ਤੂੰ ਇੱਥੇ ਬੀੜੀ ਨਾ ਪੀ, ਉਸਨੇ ਮੇਰੇ ਇੱਥੇ ਆਤ ਬਾਗ ਨੂੰ ਆਵਾਰੀ ਕਰਕੇ ਬੋਲਿਆ, ਤੂੰ ਕੌਣ ਮੇਰੇ ਕੋਲ ਰੋਕਣ ਵਾਲਾ? ਇਹ ਰੋਜ਼ ਇਹੋ ਜਿਹੀ ਘਟਨਾ ਕਰਦੇ ਆ, ਰੋਜ਼ ਕਿਸੇ ਦਾ ਟਰੈਕਟਰ ਖੋ ਲਿਆ, ਕਿਸੇ ਨੂੰ ਗਰੀਬ ਰੇਹੜੀ ਵਾਲੇ ਨੂੰ ਕੁੱਟਤਾ, ਕਿਸੇ ਦੇ ਘਰੇ ਵੜ ਕੇ ਉੱਥੇ ਬੁੜੀਆਂ ਨੂੰ ਧਮਕਾਤਾ, ਰੋਜ਼ ਦਾ ਕੰਮ ਆ। ਰਾਮ ਸਿੰਘ ਰਾਣਾ ਜਿਹੜਾ ਗੋਲਡਨ ਹੱਟ ਵਾਲਾ, ਉਹਦੇ ਡਰਾਈਵਰ ਨੂੰ ਕੁੱਟਿਆ ਗਿਆ, ਉਹਦੀ ਗੱਡੀ ਭੰਨੀ ਗਈ। ਆ ਬਾਬਾ ਰਾਜਾ ਰਾਜ ਸਿੰਘ ਖੜਾ, ਇਹਨਾਂ ਨੇ ਫਿਰ ਇਹੀ ਬੰਦੇ, ਇਹਨਾਂ ਨੇ ਜਿਹੜੇ ਇਸ ਦਲ ਦੇ ਬੰਦੇ ਨੇ, ਇਹ ਲਗਾਤਾਰ ਜਿੱਜੇ ਦੇ ਇੱਥੇ ਆਏ ਬੈਠੇ ਨੇ, ਸਰਕਾਰ ਨਾਲ ਰਲ ਕੇ ਸਾਜਿਸ਼ਾਂ ਕਰ ਰਹੇ ਨੇ। ਅਸੀਂ ਇਤਨੇ ਸਿੰਘ ਜਥੇਬੰਦੀਆਂ ਦਾ ਨਹੀਂ, ਹੋਰ ਵੀ ਉਹਨਾਂ ਨੂੰ ਵੀ ਕਹਿੰਦੇ ਆ, ਇਹਦੀ ਪੜਤਾਲ ਕਰਕੇ ਇੱਥੇ ਬੰਦੇ ਕੱਢੇ ਜਾਣ, ਤੁਹਾਨੂੰ ਵੀ ਇਹ ਬਦਨਾਮ ਕਰ ਰਹੇ ਆ ਤੇ ਮੋਰਚੇ ਨੂੰ ਵੀ ਖਤਮ ਕਰਨ ਦੀਆਂ ਗੱਲਾਂ ਹੋ ਰਹੀਆਂ।